4 ਸਤੰਬਰ ਬੁੱਧਵਾਰ ਵਾਲੇ ਦਿਨ ਬਟਾਲਾ 'ਚ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਵਿੱਚ 23 ਲੋਕਾਂ ਦੀ ਮੌਤ ਹੋ ਗਈ ਅਤੇ 18 ਦੇ ਕਰੀਬ ਜ਼ਖਮੀ ਹੋਏ, ਜਿਨ੍ਹਾਂ ਦਾ ਬਟਾਲਾ ਤੇ ਅੰਮ੍ਰਿਤਸਰ ਦੇ ਹਸਪਤਾਲਾਂ ਦੇ ਵਿੱਚ ਇਲਾਜ ਚੱਲ ਰਿਹਾ ਹੈ। ਮ੍ਰਿਤਕਾਂ ਵਿੱਚੋਂ 7 ਜਣੇ ਫੈਕਟਰੀ ਮਾਲਕ ਦੇ ਪਰਿਵਾਰਕ ਮੈਂਬਰ ਸੀ। ਹੁਣ ਪੁਲਿਸ ਨੇ ਫੈਕਟਰੀ ਮਾਲਕ ਤੇ FIR ਦਰਜ ਕਰ ਲਈ ਹੈ। ਇਸ ਬਾਰੇ ਗੁਰਦਾਸਪੁਰ ਦੇ DC ਨੇ ਦੱਸਿਆ ਕਿ ਮ੍ਰਿਤਕਾਂ ਦੇ ਪੋਸਟਮਾਰਟਮ ਕਰਵਾਏ ਜਾ ਚੁੱਕੇ ਨੇ। ਹੁਣ ਤੱਕ 21 ਮ੍ਰਿਤਕਾਂ ਦੀ ਪਛਾਣ ਹੋ ਚੁੱਕੀ ਹੈ ਤੇ ਉਹਨਾਂ ਦੇ ਸੰਸਕਾਰ ਵੀ ਕਰਵਾਏ ਜਾ ਰਹੇ ਨੇ। ਹਸਪਤਾਲ ਅਧਿਕਾਰੀਆਂ ਨੇ ਮ੍ਰਿਤਕਾਂ ਦੀ ਇੱਕ ਲਿਸਟ ਵੀ ਜਾਰੀ ਕੀਤੀ ਹੈ। ਆਪਣੇ ਕੋਲ ਲਗਭਗ 23-22 ਲੋਕ ਆਪਣੇ ਇੱਥੇ ਕੈਜੂਅਲਟੀ ਸੀਗੀ। ਇੱਕ ਆਪਾਂ ਰੈਫਰ ਕੀਤਾ ਸੀਗਾ ਇੱਥੋਂ ਤੋਂ, ਜਿਹੜਾ ਬੰਦਾ ਘਾਇਲ ਜ਼ਿਆਦਾ ਸੀਗਾ ਉਹ ਅੰਮ੍ਰਿਤਸਰ, ਉਹਦੀ ਕੈਜੂਅਲਟੀ ਹੋ ਗਈ ਸੀ। ਟੋਟਲ 23 ਹੈ, ਉਹਦੇ 'ਚ 11 ਬੰਦੇ ਆਪਣੇ ਇੱਥੇ ਐਡਮਿਟ ਹੈ ਜਿਹੜੇ ਘਾਇਲ ਨੇ। 7 ਬੰਦੇ ਆਪਾਂ ਭੇਜੇ ਸੀਗੇ ਅੰਮ੍ਰਿਤਸਰ, ਉੱਥੇ 2 ਬੰਦੇ ਥੋੜ੍ਹੇ ਕ੍ਰਿਟੀਕਲ ਨੇ, 4 ਉੱਥੇ ਸੇਫ ਹੈ। ਇਹ ਤੋਂ ਆਪਾਂ ਇੱਥੋਂ ਤੋਂ ਆਲਮੋਸਟ 20 ਲੋਕਾਂ ਦੀ ਬੋਡੀ ਆਈਡੈਂਟੀਫਾਈ ਆਪਾਂ ਕਰ ਲਈ ਸੀਗੀ, ਜਿਹਨਾਂ ਨੂੰ ਆਪਾਂ ਹੌਲੀ ਹੌਲੀ ਲੋਕਾਂ ਨੂੰ ਦੇ ਰਹੇ ਨੇ। ਅਭੀ ਤੱਕ 8-9 ਲੋਕਾਂ ਦਾ ਅੰਤਿਮ ਸੰਸਕਾਰ ਮਤਲਬ ਹੋ ਗਿਆ ਹੈ। ਬਾਕੀ ਲੋਕ ਜਿੱਦਾਂ ਜਿੱਦਾਂ ਬੋਡੀ ਆਈਡੈਂਟੀਫਾਈ ਕਰਕੇ ਲੈ ਜਾ ਰਹੇ ਨੇ, ਉਹਨਾਂ ਦਾ ਅੱਜ ਮੋਸਟ ਪ੍ਰੋਬਲੀ ਸਾਡੇ ਜਿਹੜੇ ਲੋਕ ਆਈਡੈਂਟੀਫਾਈਡ ਹੈ ਉਹਨਾਂ ਦਾ ਸਾਰਿਆਂ ਦਾ ਜਿਹੜਾ ਅੰਤਿਮ ਸੰਸਕਾਰ ਹੈ ਅੱਜ ਲੋਕਾਂ ਦਾ ਹੋ ਜਾਣਾ। ਘਾਇਲਾਂ ਦਾ ਇਲਾਜ ਨੀਚੇ ਠੀਕ ਚੱਲ ਰਿਹਾ, ਤੁਸੀਂ ਦੇਖਿਆ ਹੋਣਾ, ਵਿਜ਼ਿਟ ਕੀਤਾ ਹੋਣਾ। ਅਸੀਂ ਜੇ ਸਾਡੇ ਵੱਲੋਂ ਜੋ ਵੀ ਬੈਸਟ ਪੋਸੀਬਲ ਹੋ ਸਕਦਾ ਹੈ ਉਹ ਅਸੀਂ ਅਵੇਲੇਬਲ ਕਰਵਾ ਰਹੇ ਹਾਂ ਉਹਨਾਂ ਨੂੰ। ਇਸ ਤੋਂ ਇਲਾਵਾ ਜਿਹੜਾ ਇਨਵੈਸਟੀਗੇਸ਼ਨ ਅਸੀਂ ਇਹ ਵੀ ਕਰ ਰਹੇ ਨੇ ਕਿ ਇਹ ਰਿਹਾਇਸ਼ੀ ਇਲਾਕੇ 'ਚ ਕਿਉਂ ਚੱਲ ਰਹੀ ਸੀਗੀ। ਓਬਵੀਅਸਲੀ ਰਿਹਾਇਸ਼ੀ ਇਲਾਕੇ 'ਚ ਇਸ ਤਰ੍ਹਾਂ ਦੀ ਅਨਔਥੋਰਾਈਜ਼ਡ ਜਿਹੜੀ ਫੈਕਟਰੀ ਹੈ ਉਹ ਚੱਲਣਾ ਕਿਤੇ ਨਾ ਕਿਤੇ ਲੈਪਸ ਤੋਂ ਹੋਇਆ ਹੀ ਹੈ। ਬਟ ਹੁਣ ਜਿਹੜਾ ਮੈਜਿਸਟਰੀਅਲ ਜਾਂਚ ਹੈ ਉੱਥੇ ਆਪਾਂ ਇਹ ਜਾਣਨਾ ਚਾਹਾਂਗੇ ਕਿ ਇਹ ਲੈਪਸ ਕਿੱਥੇ ਹੋਇਆ। ਮੈਂ ਆਪਣੇ DC ਦਫ਼ਤਰ ਵੀ ਇਹ ਚੈੱਕ ਕਰਵਾ ਰਿਹਾ, STM ਦਫ਼ਤਰ ਵੀ ਚੈੱਕ ਕਰਵਾ ਰਿਹਾ ਕਿ ਸਾਨੂੰ ਅਗਰ ਕੋਈ ਕੰਪਲੇਂਟ ਲੋਕਾਂ ਨੇ ਦਿੱਤੀ ਸੀਗੀ, ਜਿੱਦਾਂ ਮੈਂ ਪਿਛਲੇ 1 ਸਾਲ 'ਚ ਮੈਨੂੰ ਕੋਈ ਕੰਪਲੇਂਟ ਮਿਲੀ ਹੈ ਜਾਂ SDM ਸਾਹਿਬ ਨੂੰ ਮਿਲੀ ਹੈ, 2016 ਤੋਂ ਚੱਲ ਰਿਹਾ, ਉਸ ਤੋਂ ਆਪਾਂ ਦੇਖਦੇ ਨੇ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਆਪਾਂ ਕਿ ਜਿੱਥੇ ਵੀ ਕਿਤੇ ਲੈਪਸ ਹੋਇਆ ਹੈ ਉਹਨੂੰ ਆਪਾਂ ਆਈਡੈਂਟੀਫਾਈ ਕਰਾਂਗੇ, ਅਤੇ ਇਟ ਵਿਲ ਬੀ ਐਬਸੋਲੂਟਲੀ ਸਰਟਨ ਕਿ ਉਸ ਬੰਦੇ ਨੂੰ ਸਜ਼ਾ ਮਿਲੇਗੀ। ਆਪਾਂ ਉਹਦੇ ਖਿਲਾਫ਼ ਕਾਰਵਾਈ ਕਰਾਂਗੇ। ਰਾਹਤ ਕਾਰਜ NDRF ਵੱਲੋਂ ਰਾਤੀ ਸਨੀਫਰ ਡੋਗ ਉੱਤੇ 2 ਵਾਰ ਉਹਨਾਂ ਨੇ ਟਰਾਈ ਕੀਤੀ ਸੀਗੀ, ਅਤੇ ਹੁਣ ਸਨੀਫਰ ਡੋਗ ਵੱਲੋਂ ਮਤਲਬ ਕੋਈ ਬੰਦੇ ਦੇ ਜੀਵਿਤ ਹੋਣ ਦਾ ਸਬੂਤ ਸਾਨੂੰ ਨਹੀਂ ਲੱਗ ਰਿਹਾ। ਲਾਸਟ 'ਚ ਉਹਨਾਂ ਨੇ ਇੱਕ ਬਿਲਡਿੰਗ ਹੈ ਜਿੱਥੇ ਉਹਨਾਂ ਨੇ ਡਿਸਮੈਂਟਲ ਹੁਣ ਕਰਨਾ ਹੈ ਬਿਲਡਿੰਗ ਨੂੰ, ਉਹ ਪਹਿਲੇ ਫੋਰੈਂਸਿਕ ਟੀਮ ਆਈ ਵੀ ਸੀਗੀ, ਉਹ ਚੈੱਕ ਕਰਕੇ ਹੁਣ ਚਲੀ ਗਈ ਹੈ, ਅਤੇ ਹੁਣ ਸੈਂਪਲ ਤੋਂ ਬਾਅਦ ਆਪਾਂ ਡਿਸਮੈਂਟਲ ਕਰ ਦੇਵਾਂਗੇ ਉੱਥੇ। ਅਤੇ ਜੇ ਉਹ ਲਾਸਟ ਜਿਹੜੀ ਬਿਲਡਿੰਗ ਬਚੀ ਹੋਈ ਹੈ ਉੱਥੇ ਡਿਸਮੈਂਟਲ ਕਰਨ ਦੇ ਦੌਰਾਨ ਆਪਾਂ ਨੂੰ ਪਤਾ ਲੱਗਣਾ ਕਿ ਕੋਈ ਡੈੱਡ ਬੋਡੀ ਅਗਰ ਉੱਥੇ ਹੈ ਤਾਂ ਨਹੀਂ ਹੈ। ਵੈਸੇ ਮੇਰੇ ਹਿਸਾਬ ਤੋਂ ਜਿੰਨੇ ਬੰਦੇ ਸਾਡੇ ਕੋਲ ਆਲਮੋਸਟ ਅਕਾਊਂਟਡ ਫੋਰ ਹੋ ਗਏ ਸੀਗੇ ਸਾਰੇ, ਜਿੰਨੇ ਸਾਨੂੰ ਲੋਕਾਂ ਨੂੰ ਗੱਲਬਾਤ ਕਰਨ 'ਤੇ ਲੱਗਿਆ ਸੀਗਾ ਕਿ ਜਿੰਨੇ ਬੰਦੇ ਅੰਦਰ ਹੈ, ਸਾਡੇ ਹਿਸਾਬ ਤੋਂ ਸਾਰੇ ਬੰਦੇ ਅਕਾਊਂਟਡ ਫੋਰ ਹੈ। ਬਟ ਇਹ ਲਾਸਟ ਬਿਲਡਿੰਗ ਹੈ, ਉਸ ਤੋਂ ਬਾਅਦ ਆਪਾਂ ਜਿਹੜੀ ਹੈ ਡਿਮੋਲਿਸ਼ਨ ਹੋਣ ਦੇ ਬਾਅਦ ਆਪਾਂ ਉੱਥੇ ਤੋਂ ਮਲਬਾ ਹਟਾਉਣ ਦਾ ਕੰਮ ਸ਼ੁਰੂ ਕਰਦੇ। ਇਹ ਨਾਬਾਲਿਗ ਬੱਚਾ, ਇੱਕ ਜਿਹੜਾ 12 ਸਾਲ ਦਾ ਬੱਚਾ ਸੀਗਾ, ਉਹ ਤੋਂ ਐਕਟਿਵਾ ਸਕੂਟੀ ਜਿਹੜੀ ਸੀ ਫੈਕਟਰੀ ਵਿੱਚ ਤੋਂ ਨਹੀਂ, ਮੇਰੇ ਕੋਲ ਨਹੀਂ ਲੱਗਦਾ ਕਿ ਕੋਈ ਨਾਬਾਲਿਗ ਬੱਚਾ ਐਜ਼ ਅ ਵਰਕਰ ਹਮਾਰੇ ਕੋ ਪਤਾ ਲਗਾ ਹੈ। ਇਸ ਬਾਰੇ SSP ਬਟਾਲਾ ਨੇ ਪੁਸ਼ਟੀ ਕੀਤੀ ਹੈ ਕਿ ਫੈਕਟਰੀ ਮਾਲਕ ਦੇ ਪਰਿਵਾਰ ਦੇ 7 ਮੈਂਬਰ ਧਮਾਕੇ 'ਚ ਮਾਰੇ ਗਏ ਨੇ ਤੇ ਉਹਨਾਂ ਨੇ ਫੈਕਟਰੀ ਮਾਲਕ ਦੇ ਮੈਂਬਰਾਂ ਤੇ FIR ਦਰਜ ਕਰ ਲਈ ਹੈ। ਫੈਰੋਸਿਕ ਟੀਮ ਮਲਬੇ ਦੀ ਵੀ ਜਾਂਚ ਕਰੇਗੀ। ਇਹਦੇ ਵਿੱਚ ਜਿਹੜਾ ਪੁਰਾਣਾ ਲਾਇਸੈਂਸ ਖਤਮ ਹੋਇਆ ਸੀ ਜਸਪਾਲ ਸਿੰਘ ਦੇ ਨਾਂ ਸੀ, ਜਸਪਾਲ ਸਿੰਘ ਦੀ ਵੀ ਕਾਫੀ ਸਮਾਂ ਪਹਿਲਾਂ ਡੈਥ ਹੋ ਗਈ ਹੈ, ਜਿਹੜਾ ਉਹਦਾ ਪਰਿਵਾਰ ਹੀ ਇਹਨੂੰ ਮੈਨੇਜ ਕਰ ਰਿਹਾ ਸੀ। ਜਸਪਾਲ ਸਿੰਘ ਦੇ ਫੈਮਿਲੀ ਮੈਂਬਰ ਦੇ ਖਿਲਾਫ਼ FIR ਦਰਜ ਕੀਤੀ ਗਈ। ਉਹਦੇ ਵਿੱਚੋਂ ਹੁਣ ਤੱਕ ਜੋ ਸਾਹਮਣੇ ਆ ਰਿਹਾ, ਇੱਕ ਲੇਡੀ ਦੀ ਅਤੇ 6 ਦੀ ਡੈਥ ਹੋਈ ਹੈ। ਇਹੀ ਜਿਹੜੇ ਜਿਹਨਾਂ ਦੀ ਡੈਥ ਹੋਈ ਹੈ ਹਜੇ ਤੱਕ ਤਾਂ ਇਹੀ ਸਾਹਮਣੇ ਆ ਰਿਹਾ ਵੀ ਇਹੀ ਚਲਾ ਰਿਹਾ, ਬਾਕੀ ਉਹਨਾਂ ਦੀ ਛਾਣ ਪੀਣ ਕਰ ਰਹੇ ਹਾਂ ਵੀ ਹੋਰ ਕੋ ਫੈਮਿਲੀ ਜਾਂ ਰਿਸ਼ਤੇਦਾਰ ਕੋਈ ਇਹਨਾਂ ਦਾ ਜੇ ਵਿੱਚ ਹੈਗਾ ਸੀ। ਹਾਦਸੇ 'ਚ 18 ਇੰਜਰਡ ਨੇ ਜਿਹੜੇ ਅਜੇ ਤੱਕ ਐਡਮਿਟ ਨੇ, 23 ਦੀ ਡੈਥ ਹੋਈ ਹੈ ਜਿਹਦੇ 'ਚੋਂ 2 ਅਨਆਡੈਂਟੀਫਾਈਡ ਨੇ, ਬਾਕੀਆਂ ਦੀ ਪੋਸਟਮਾਰਟਮ ਵਗੈਰਾ ਚੱਲ ਰਿਹਾ। NDRF ਟੀਮ ਅਜੇ ਲੱਗੀ ਹੈ, ਉਹਦੀ ਫੋਰੈਂਸਿਕ ਟੀਮ ਆਈ ਸੀ, ਆਪਣੀ ਜਾਂਚ ਕਰਕੇ ਗਈ ਹੈ। NDRF ਦੀ ਟੀਮ ਲੱਗੀ ਹੈ, ਜਿਹੜਾ ਮਲਬਾ ਵਗੈਰਾ ਉਹ ਸਾਰਾ ਚੈੱਕ ਕਰ ਰਹੇ ਹਾਂ। ਬਲਾਸਟ ਬਾਕੀ ਤਾਂ ਫੋਰੈਂਸਿਕ ਜਿਹੜੀ ਟੀਮ ਨੇ ਸੈਂਪਲ ਲਏ ਨੇ ਉਹਨਾਂ ਤੋਂ ਪਤਾ ਲੱਗੂਗਾ, ਅਦਰਵਾਈਜ਼ ਹੁਣ ਤੱਕ ਤਾਂ ਇਹੋ ਹੀ ਹੈ ਵੀ ਜਿਹੜੇ ਉਹ ਪਟਾਕਿਆਂ ਦਾ ਕਾਰੋਬਾਰ ਕਰਦੇ ਸੀ ਉਹਦੇ ਕਰਕੇ। ਦੱਸ ਦਈਏ ਕਿ 4 ਸਤੰਬਰ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ 'ਚ ਇੱਕ ਪਟਾਕਾ ਫੈਕਟਰੀ ਦੇ ਵਿੱਚ ਜ਼ਬਰਦਸਤ ਧਮਾਕਾ ਹੋਇਆ ਸੀ ਜਿਸ ਦੇ ਵਿੱਚ 23 ਲੋਕਾਂ ਦੀ ਮੌਤ ਹੋ ਗਈ। ਇਹਨਾਂ ਮ੍ਰਿਤਕਾਂ ਦੇ ਵਿੱਚ ਵਧੇਰੇ ਗਿਣਤੀ ਮਜ਼ਦੂਰਾਂ ਦੀ ਸੀ। ਗੁਰਦਾਸਪੁਰ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ, ਲੋਕ ਰੰਗ ਪੰਜਾਬੀ ਚੈਨਲ।